ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਸੋਹਣਾ ਸ਼ੋਅ ਚੱਲ ਰਿਹਾ ਜੀ, ਨਵੀਂ ਬੋਲੀ ਨਵੀਂ ਥਾਂ ਰਾਜਸਥਾਨ ਸੂਬਾ। ਮਹਾਰਾਜ ਸਾਰੇ ਸੂਬਿਆਂ ਨੂੰ ਤਰੱਕੀ ਦੇਵੇ, ਅਤੇ ਜਿਵੇਂ ਪੰਜਾਬ ਤਰੱਕੀ 'ਚ ਉਵੇਂ ਰਾਜਸਥਾਨ ਵੀ ਤਰੱਕੀ 'ਚ, ਸਾਰਾ ਸਾਡਾ ਦੇਸ਼ ਤਰੱਕੀ ਦੇ ਵਿੱਚ ਹੈ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਆਓ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਜਸਪ੍ਰੀਤ ਜੱਸੀ। ਇਹ ਤਾਂ ਐਂ ਲੱਗਦਾ ਕਿਸੇ ਨੂੰ ਆਵਾਜ਼ ਮਾਰੀ ਹੋਵੇ ਜੀ। ਜਸਪ੍ਰੀਤ ਜੱਸੀ। ਅੱਛਾ, ਜਸਪ੍ਰੀਤ ਜੱਸੀ। ਓਕੇ, ਇੱਕ ਨਾਮ ਕਿਉਂ ਨਹੀਂ ਰੱਖਿਆ, ਜਸਪ੍ਰੀਤ ਕਿਉਂ ਨਹੀਂ ਰੱਖਿਆ? ਵੈਸੇ ਅੱਛਾ ਜੀ, ਹਸਬੈਂਡ ਜੀ ਦਾ ਕੀ ਨਾਂ ਹੈ ਜੀ? ਕਸ਼ਮੀਰ ਸਿੰਘ ਹੈ। ਹੈਂਜੀ? ਕਸ਼ਮੀਰ ਸਿੰਘ ਹੈ। ਕਸ਼ਮੀਰ ਸਿੰਘ। ਅੱਛਾ, ਮੈਂ ਸੋਚਿਆ ਕਿਤੇ ਕਹਿੰਦੇ ਕਸ਼ਮੀਰ ਹੈ ਉਹ। ਓਕੇ ਓਕੇ, ਉਹ ਕੀ ਕਰਦੇ ਨੇ ਜੀ? ਖੇਤੀ ਕਰਦੇ ਨੇ। ਬਹੁਤ ਵਧੀਆ, ਖੇਤੀਬਾੜੀ ਕੰਮ ਬਹੁਤ ਵਧੀਆ। ਕਿੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ? 3 ਸਾਲ ਹੋ ਗਏ। ਬਹੁਤ ਵਧੀਆ। ਵਿਆਹ ਤੋਂ ਪਹਿਲਾਂ ਵਧੀਆ ਲਾਈਫ ਹੁੰਦੀ ਹੈ ਕਿ ਵਿਆਹ ਤੋਂ ਬਾਅਦ? ਪਹਿਲਾਂ ਵਧੀਆ ਹੁੰਦੀ ਹੈ। ਠੀਕ ਹੈ ਜੀ। ਸੱਸ ਜੀ? ਠੀਕ ਹੈ। ਸੱਸ ਵਧੀਆ ਨਹੀਂ ਹੈਗੇ? ਵਧੀਆ ਹੈ। ਤੁਸੀਂ ਕਿਹਾ ਠੀਕ ਹੈ ਤਾਂ ਠੀਕ ਹੀ ਹੈ, ਵਧੀਆ ਹੈ ਤਾਂ ਠੀਕ ਹੀ ਹੈ। ਹਾਂ। ਅੱਛਾ, ਕੀ ਸ਼ੌਂਕ ਕੀ ਨੇ ਤੁਹਾਡੇ? ਸਾਡਾ ਸ਼ੌਂਕ ਹੈ ਕਲਾਕਾਰ ਬਣਨ ਦਾ। ਕਲਾਕਾਰ ਬਣਨ ਦਾ, ਕੀ ਪਤਾ ਜ਼ਰੂਰ। ਕੀ ਗਾਉਂਦੇ ਹੋ ਤੁਸੀਂ? ਹਾਂ, ਸੁਣਾਓ ਸੁਣਾਓ। ਜੇ ਇੱਕ ਗਾਣਾ ਆਪਣੇ ਸੱਸ ਜੀ ਲਈ ਗਾਣਾ ਹੋਵੇ। ਜਦ ਮੈਂ ਜਾਵਾਂ ਪਿੰਡ ਤੇਰੇ, ਜਦ ਮੈਂ ਜਾਵਾਂ ਪਿੰਡ ਤੇਰੇ, ਬੂਹੇ ਵੱਲ ਭੱਜੀ ਆਉਂਦੀ ਆ ਤੇਰੀ ਬੇਬੇ ਲਿਬੜੀ ਤਿਬੜੀ ਜੀ, ਮੈਨੂੰ ਗਲ ਨਾਲ ਲਾਉਂਦੀ ਆ ਤੇਰੀ ਬੇਬੇ ਲਿਬੜੀ ਤਿਬੜੀ ਜੀ, ਮੈਨੂੰ ਗਲ ਨਾਲ ਲਾਉਂਦੀ ਆ। ਥੈਂਕ ਯੂ ਥੈਂਕ ਯੂ ਥੈਂਕ ਯੂ। ਬਹੁਤ ਸੋਹਣਾ ਗਾਣਾ, ਬੇਬੇ ਲਿਬੜੀ ਤਿਬੜੀ ਜੀ ਗੱਲ ਨਾਲ ਆਉਂਦੀ ਹੈ। ਅੱਛਾ, ਜਿਹੜਾ ਗਾਣਾ ਆਪ ਸੁਣਾਉਣਾ ਸੀਗਾ ਉਹ ਸੁਣਾਓ ਜੀ ਹੁਣ, ਜਿਹੜਾ ਗਾਣਾ ਦਿਲ ਕਰਦਾ ਤੁਹਾਨੂੰ ਸੁਣਾਉਣ ਨੂੰ। ਤੁਹਾਡੀ ਆਵਾਜ਼ ਬਹੁਤ ਸੋਹਣੀ, ਤੁਸੀਂ ਜ਼ਰੂਰ ਕਲਾਕਾਰ ਤੁਸੀਂ ਬਣੋ, ਬਾਬਾ ਜੀ ਕਰਨ, ਮਹਾਰਾਜ ਕਰਨ, ਜਿਹੜਾ ਮਰਜ਼ੀ ਜਿਹੜਾ ਗਾਣਾ ਸੁਣਾਉਣਾ ਉਹ ਸੁਣਾਓ। ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਣ ਲੱਗੇ ਨੂਰ ਯਾ ਚੋਰੀ ਦਿੱਤਾ ਸੀ ਹਜ਼ਾਰ। ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਣ ਲੱਗੇ ਨੂੰ ਰੁਪਿਆ ਚੋਰੀ ਦਿੱਤਾ ਸੀ ਹਜ਼ਾਰ। ਮੈਨੂੰ ਉਹਦੇ ਜਸ ਬਾਤ ਬਾਰੇ ਪੁੱਛਦੇ, ਮੈਨੂੰ ਉਹਦੇ ਜਸ ਬਾਤ ਬਾਰੇ ਸਾਰੇ ਪੁੱਛਦੇ। ਬਹੁਤ ਵਧੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਛੋਟਾ ਜਿਹਾ ਗਿਫਟ ਤੁਹਾਡੇ ਲਈ? ਨਹੀਂ ਨਹੀਂ ਨਹੀਂ, ਬਹੁਤ ਵੱਡਾ ਗਿਫਟ, ਬਹੁਤ ਵੱਡਾ ਗਿਫਟ, ਛੋਟਾ ਮੋਟਾ ਕੁਛ ਨਹੀਂ ਹੁੰਦਾ। ਥੈਂਕ ਯੂ ਸੋ ਮਚ। ਕੀ ਨਾਮ ਤੁਹਾਡਾ? ਮੇਰਾ ਨਾਮ ਅਮਨਜੋਤ। ਅਮਨਜੋਤ, ਕਿੱਥੇ ਰਹਿੰਦੇ ਹੋ ਜੀ? ਲੋਕਲ ਹੀ ਹੈ ਜੀ। ਅੱਛਾ, ਲੋਕਲ ਹੀ ਹੋ। ਭਰਾ ਭੈਣ ਕਿੰਨੇ? ਮੇਰੇ ਇੱਕ ਵੀਰ ਹੈ ਤੇ ਇੱਕ ਮੇਰੀ ਭੈਣ ਹੈ। ਦੀਦੀ ਵੱਡੇ ਨੇ? ਹਾਂਜੀ, ਮੇਰੇ ਤੋਂ ਵੱਡੇ ਨੇ। ਵਿਆਹੇ ਗਏ? ਨਹੀਂ। ਅੱਛਾ ਜੀ, ਤੇ ਵੀਰਾ? ਵੀਰਾ ਛੋਟਾ? ਵੀਰਾ ਮੇਰੇ ਤੋਂ ਛੋਟਾ ਹੈ। ਉਹ ਕਿਹੜੀ ਕਲਾਸ ਹੈ? ਉਹ BA ਫਸਟ ਇਅਰ ਚ ਹੈ। ਸ਼ਰਾਰਤੀ ਹੋ? ਥੋੜਾ ਬਹੁਤ, ਇੰਨਾ ਨਹੀਂ ਗਾ। ਤਿੰਨਾਂ ਚੋਂ ਸਭ ਤੋਂ ਵੱਧ ਸ਼ਰਾਰਤੀ ਕੌਣ ਹੈ? ਕਰਦੇ ਤਾਂ ਮੈਨੂੰ ਕਹਿੰਦੇ ਨੇ। ਜਿਹੜਾ ਤੁਹਾਡਾ ਛੋਟਾ ਵੀਰਾ, ਸਪੋਜ਼ ਕਰੋ ਮੈਂ ਤੁਹਾਡਾ ਛੋਟਾ ਭਰਾ। ਹਾਂਜੀ। ਤੁਸੀਂ ਜਿਵੇਂ ਘਰੇ ਗੁੱਸੇ 'ਚ ਰਹਿੰਦੇ ਹੋ ਜਾਂ ਉਹਨਾਂ ਨੂੰ ਝਿੜਕਾ ਮਾਰਦੇ ਹੋ, ਉਵੇਂ ਤੁਸੀਂ ਮੈਨੂੰ ਟੁੱਟ ਕੇ ਪੈ ਜਾਣਾ। ਰੁਕ ਰੁਕ, ਇੱਥੇ ਰੁਕ, ਤੈਨੂੰ ਦੀਦਾ ਨਹੀਂ ਮੈਂ ਪੋਚਾ ਲਾਇਆ? ਫਿਰ ਕਿਉਂ ਪੋਚਾ ਲਾਉਣ, ਅੰਦਰ ਨਹੀਂ ਵੜਨਾ? ਆਪ ਤਾਂ ਤੂੰ ਤੜਕੀ ਦੋਸਤਾਂ ਨੇ ਡੱਪ ਜਾਂਦਾ, ਸਾਡੇ ਵਰਗਾ ਸਾਰਾ ਦਿਨ ਘਰੇ ਕੰਮ ਕਰਦਾ ਰਹਿੰਦਾ, ਤੂੰ ਚੱਪਲਾਂ ਲੈ ਕੇ ਆ ਗਿਆ। ਕੋਈ ਨਹੀਂ, ਇੱਕ ਵਾਰੀ ਫਿਰ ਮਾਰ ਲਿਓ ਪੋਚਾ। ਕੋਈ ਨਹੀਂ, ਹੁਣ ਤੇਰੇ ਤੋਂ ਹੀ ਮਰਵਾਉਂ ਮੈਂ। ਮੈਂ ਮਾਰੂੰਗਾ ਜੀ ਪੋਚਾ। ਅੱਛਾ, ਮੈਂ ਕੋਈ ਨਹੀਂ ਭੈਣੇ, ਮੈਂ ਮਾਰ ਦੂੰਗਾ, ਮੈਂ ਬਸ ਹੁਣ ਚੱਲ ਜਾਣਾ ਬਾਹਰ। ਠੰਡ 'ਚ ਪੋਚੇ ਲਾਉਣੇ ਬਹੁਤ ਔਖੇ ਨੇ। ਕੋਈ ਨਹੀਂ, ਮੈਂ ਪੱਖਾ ਚਲਾ ਦਿਆ ਕਰੂੰਗਾ ਜੀ। ਪੱਖਾ ਲਾ ਕੇ ਪੋਚਾ ਸੁੱਕਦਾ। ਅੱਛਾ ਜੀ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਕੀ ਸੁਣਾਓਗੇ ਗਾਣਾ? ਮੈਂ ਸੌਂਗ ਸੁਣਾਉਣਾ ਚਾਹੁੰਦੀ। ਸੁਣਾਓ ਸੁਣਾਓ ਸੁਣਾਓ। ਮਾਣ ਰਹੇ ਤੇਰੀ ਹੀ ਪੱਗ ਦਾ, ਲਜ ਰਿਸ਼ਤੇ ਦੀ ਪਾ ਲਈ ਹੈ, ਤੂੰ ਹੀ ਰਹੇ ਤੋਰ ਬਾਬਲਾ, ਸਾਨੂੰ ਰੱਤਾ ਵੀ ਨਾ ਕਹਾਲੀ ਹੈ, ਤੂੰ ਹੀ ਰਹੇ ਤੋਰ ਬਾਬਲਾ, ਸਾਨੂੰ ਰੱਤਾ ਵੀ ਨਾ ਕਹਾਲੀ ਹੈ। ਆਓ ਜੀ ਆਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆ ਕੀ ਹੈ ਜੀ? ਆ ਜੋਕਰ ਹੈ। ਜੋਕਰ ਹੈ? ਹਾਂ। ਇਹ ਜੋਕਰ ਕਿੱਥੇ ਆ ਗਿਆ ਜੀ? ਇਹ ਲੜਕੀਆਂ ਪਹਿਨਤੀ ਹੈ ਫੈਸ਼ਨ ਕੇ ਲਈ। ਅੱਛਾ, ਇਹ ਫੈਸ਼ਨ ਹੈ, ਆਪਣਾ ਗਲਾ ਆਪ ਹੀ ਬੰਨ ਲਿਆ। ਹਾਂ। ਕੀ ਕੀ ਸ਼ੌਂਕ ਨੇ ਤੁਹਾਡੇ, ਕੀ ਕਰਕੇ ਦਿਖਾਓਗੇ ਜੀ ਸਾਨੂੰ? ਮਿਮਿਕਰੀ। ਮਿਮਿਕਰੀ ਮਿਮਿਕਰੀ ਕਰੋ ਜੀ। ਮਿਮਿਕਰੀ ਕਿਹਦੀ ਕਰੋਗੇ? ਪ੍ਰਿੰਸੀਪਲ ਸਰ ਕੀ ਆਤੀ। ਪ੍ਰਿੰਸੀਪਲ ਸਰ ਦੀ? ਕਰੋ ਕਰੋ, ਮੈਂ ਪਰਮਿਸ਼ਨ ਲੈ ਲੈਣਾ। ਸਰ ਇਹ ਤੁਹਾਡੀ ਐਕਟਿੰਗ ਕਰ ਲੈਣ ਜੀ? ਕਰ ਲੈਣ, ਸਰ ਨੇ ਕਹਿੰਦਾ ਕਰ ਲੈਣ। ਸਰ ਕਹਿੰਦੇ ਅਭੀ ਤੋਂ ਕਰ ਲਓ, ਬਾਅਦ ਮੈਂ ਬਤਾਏਗਾ, ਬਾਅਦ ਮੈਂ ਮਹਿੰਗਾ ਪੜ ਜਾਏਗਾ। ਅਭੀ ਤੋਂ ਆਪ ਕਰ ਲਓ ਐਕਟਿੰਗ। ਚਲੋ ਕਰਿਓ, ਪ੍ਰਿੰਸੀਪਲ ਸਰ ਦੀ ਕਰਿਓ। ਮੈਂ ਸਟੂਡੈਂਟ, ਮੈਂ ਸਟੂਡੈਂਟ। ਇਧਰ ਆਓ।
ये क्या है? आपको पता नहीं कॉलेज में मोबाइल अलाउ नहीं है? चुप क्यों हो? पता है। तो फिर मैम इनके पेरेंट्स को फोन लगाओ। मैम इनके पेरेंट्स को फोन लगाओ। मम्मी मैम अब ऐसी हालत क्यों बना ली? चक्कर आ रहा है। नहीं लेके आना फोन, किसने लेके आना? बहुत वधिया सर, थैंक यू सो मच, गॉड ब्लेस यू। हाँ जी गिफ्ट, हाँ जी दो जी दो, कितने जी? ले आओ कोई नहीं, आराम से लेके आओ, देखे तोड़ना कुछ भी है। गिफ्ट कितने है जी? छोटा सा। अच्छा आओ बेटे, गिफ्ट ले, तुसी पहला आना सीगा बेटे। थैंक यू सो मच, थोड़ा गिफ्ट सिर मत्थे कबूल, थैंक यू सो मच। तुसी खोल के दिखा। थैंक यू सो मच। मुंडा कपते फिरदा है। हां थैंक यू सो मच। मतलब की जी, सरनेम है थोड़ा? हां जी। कहां से बिलोंग करते हो आप? यहीं से, लोकल हनुमानगढ़ से। हां जी। आपकी क्या शौक है जी, हॉबीज क्या है? डांसिंग। डांस करना जी? हां जी, करके भी दिखाएंगे अभी। ओके लाओ जी गाना, डांस करने बच्चे बहुत। आपका? मेरा नाम संतोष है। संतोष जी है? हाँ जी। घड़ी बहुत अच्छी डाली है आपने। थैंक यू। मुझे पता लगा, मैडम ने बताया कि आप इंटरनेशनल प्लेयर हो। हाँ जी। बहुत बढ़िया, हमारे लिए मान। थैंक यू। रग्बी? हाँ जी। रग्बी ही क्यों चुनी आपने? जैसे मतलब कि यहाँ बहुत कम खेली जा रही है ना ये गेम। हाँ जी। तो किससे प्रेरित हो आप, किसको देखकर रग्बी में गए? रग्बी को हमने मतलब नेट पे सर्च किया और सर्च करके हमने देखा गेम अच्छा लगा। हमारे कोच सर को हमने बताया, उन्होंने फिर इसकी ट्रेनिंग दी और फिर ट्रायल हुआ। उसके अंदर हम ट्रायल देने गए, उसमें सेलेक्ट हो गए, फिर हम भूटान खेलने गए। भूटान? हाँ। ओके, आप इंडियन टीम में हो? हाँ। इंटरनेशनल अंडर कौन सी आप एज में? 19। अंडर 19 प्लेयर हो आप? हाँ। और गोल्ड मेडलिस्ट भी हो? यस। क्या बात है। सो कब गए थे भूटान? अभी 1-4 तक हुए थे भूटान में टूर्नामेंट। 1-4 दिसंबर। अच्छा दिसंबर। हाँ। ओके बढ़िया रहा। हाँ। भूटान में? हाँ। कितनी टीम्स आई थी वहाँ पे? तीन टीम्स थी टोटल। कौन कौन सी? नेपाल थी और इंडिया और भूटान। ओके चलो बहुत बढ़िया। थैंक यू सो मच लगा गल करके। थैंक यू सो मच। सो तुसी इंजॉय कर रहे हो जी राजस्थानी भाषा, जिवें साडी पंजाब दे विच मां बोली पंजाबी है जी। सो असी राजस्थान दे विच आ के जे असी इहनां दी मां बोली जिहड़ी कि बागड़ी है जी, असी ओह ना बोली तां फिर उहदे विच आपां इह समझांगे वी सतिकार दी थोड़ी साडे विच घाट रहि जाऊगी। सो मैं भी समझ रहा, इंजॉय भी कर रहा, इत्थों दी बोली समझ भी रहा, ते तुसी भी जरूर सारे जणे समझो ते इंजॉय करो। ते मैनूं बहुत वधिया फील हो रहा कि मैं पहली वार राजस्थान आया। चोखा फील हो रहा है। तो हुण तुहानूं दिखाउने आ जी कुड़ियां दा भंगड़ा। थैंक्स फॉर वॉचिंग कंटिन्यू मडीर और MH1 कंटिन्यू मडीर के इस यूट्यूब चैनल में तुसी सबसक्राइब करो ताकि अगले शोज की जो नोटिफिकेशन हैगी है वो थोड़ा मिलती रहे। थैंक यू सो मच।